ਇਹ ਮੈਨੂੰ ਇੱਥੇ ਪਤਾ ਕੀ ਯਾਦ ਆ ਗਿਆ, ਤੁਰਤੁਕ ਯਾਦ ਆ ਗਿਆ ਵੀ ਉੱਥੇ ਸਾਰੀਆਂ ਚੀਜ਼ਾਂ ਦੇ ਨਾਲ ਦੀ ਨਾਲ ਤੋੜ ਕੇ ਬਣਾ ਕੇ ਦੇ ਦਿੰਦੇ ਹੁੰਦੇ ਸੀਗੇ, ਵਾਲਾ ਸਿਸਟਮ ਆ ਗਿਆ। ਅੱਜ ਇੰਨੀ ਜਲਦੀ ਜਾਗ ਆ ਗਈ, ਹੁਣ ਸਵੇਰ ਦੇ 4:15 ਹੋਏ ਨੇ, ਕੋਈ ਅਲਾਰਮ ਨਹੀਂ ਲਾਇਆ ਹੋਇਆ, ਬਾਬੇ ਦਾ ਅਲਾਰਮ ਵੱਜਿਆ ਅੱਜ ਸਵੇਰੇ ਸਵੇਰੇ, ਅਤੇ ਇੱਕਦਮ ਜਾਗ ਖੁੱਲ੍ਹੀ, ਜਮ੍ਹਾਂ ਹੀ ਕੋਈ ਸੁਸਤੀ ਨਹੀਂ, ਕੋਈ ਕੁਛ ਨਹੀਂ, ਐਨ ਫਰੈਸ਼, ਜਮ੍ਹਾਂ ਹੀ ਪ੍ਰੋਪਰ। ਇੱਕ ਇਹ ਮੇਰਾ ਮੇਨ ਰੀਜ਼ਨ ਸੀਗਾ ਇੱਥੇ ਆ ਕੇ ਰਹਿਣ ਦਾ, ਕਿਉਂਕਿ ਮੈਂ ਆਪਣਾ ਮੇਰਾ ਸ਼ੈਡਿਊਲ ਨਾ ਉੱਠਣ ਉੱਠਣ ਦਾ ਜਮ੍ਹਾਂ ਹਿੱਲਿਆ ਹੋਇਆ ਸੀਗਾ, ਮੈਨੂੰ ਐਂ ਸੀ ਐਨ ਪ੍ਰੋਪਰ ਆਪਣਾ ਸਾਰਾ ਸ਼ੈਡਿਊਲ ਕੀਤਾ ਜਾ ਹੋਇਆ ਕਿ, ਅਤੇ ਰੀਸੈਟ ਪਿੰਡ ਆ ਗਈ ਹੋਣਾ ਸੀਗਾ ਮੈਨੂੰ ਪਤਾ ਸੀਗਾ, ਅਤੇ ਮੈਂ ਐਕਸਰਸਾਈਜ਼ ਕਰਨ ਚੱਲੇ ਚੱਲਣਾ ਤੁਸੀਂ ਵੀ ਚਲੋ ਠੀਕ ਹੈ ਓਕੇ ਓਕੇ ਮੈਂ ਚੱਲ। ਜਿੰਨੀ ਸਾਨੂੰ ਸਵਾਸਾਂ ਦੀ ਪੂੰਜੀ ਸੌਂਪੀ ਮਾਰ ਰਹੇ ਨੇ ਉਹ ਫਿਰ ਕੀ ਜਿਵੇਂ ਜਿਵੇਂ ਘਟਦੇ ਜਾ ਰਹੇ ਨੇ ਜਿਸ ਦੇ ਇੱਕ ਦਿਨ ਫਿਰ ਉਹ ਖਤਮ ਹੋ ਜਾਣਗੇ। ਲਾਲ ਤੋੜਨੀ ਹੈ, ਲਾਲ ਤਾਂ ਦਿੰਦੀ ਹੈ ਬਹੁਤ ਨੇ, ਚੱਲ ਜਾਓ ਇੱਧਰ ਬਣਾਉਣਾ ਠੀਕ ਹੈ, ਆਪਾਂ ਇੱਥੇ ਯੋਗਾ ਕਰ ਰਹੇ ਮੁਸਾਫ਼ਰ ਰਾਤ ਤੱਕ ਕੇ ਤੇ ਅਗਲੇ ਦਿਨ ਆਪਣੀ ਯਾਤਰਾ ਤੈਅ ਕਰ ਲੈਂਦਾ ਵੀ ਮੈਂ ਭਾਈ ਇਸ ਜਗ੍ਹਾ ਤੋਂ ਅੱਗੇ ਨੂੰ ਚੱਲ ਨਹੀਂ ਪਾ ਰਹੇ ਬੰਦ ਹੋ ਗਏ। ਅਸੀਂ ਵੀ ਇਸ ਮਰਜ਼ ਨੇ ਸਾਨੂੰ ਜਿਹੜਾ ਜੀਵਨ ਦਿੱਤਾ ਹੋਇਆ ਇਹਦੇ ਤੋਂ ਹੀ ਖਤਮ ਹੋ ਜਾਣਾ ਤੇ ਫਿਰ ਅਗਲੇ ਪੜਾਅ ਵੱਲ ਤੁਰ ਪੈਣਾ, ਤੇ ਮਰਜ਼ ਕਹਿੰਦੇ ਫਿਰ ਉਹਦੇ ਵਾਸਤੇ ਸਾਨੂੰ ਕਰਨਾ ਕੀ ਹੈ, ਅਸੀਂ ਕਰੀਏ ਦਾਤਾ ਦੀ ਸਿਮਰਨ ਦੀ ਜ਼ਿੰਦਗੀ ਤਾਂ ਜੋ ਜਿਹੜਾ ਇਹ ਸਾਡਾ ਆਵਾਗਮਨ ਦਾ ਚੱਕਰ ਹੈ ਉਹ ਖਤਮ ਹੋ ਜਾਵੇ। ਐਕਸਰਸਾਈਜ਼ ਕਰਨ ਚੱਲਣਾ ਚੱਲਣਾ ਕਿਉਂ ਸਕੂਲ ਜਾਣਾ, ਚੱਲ ਹੋ ਜਾ ਰੈਡੀ ਫਿਰ ਕੱਲ੍ਹ ਤੋਂ ਚੱਲਿਆ ਕਰਾਂਗੇ ਸਾਜਰੇ ਉੱਠੇ ਜਾ ਕਰੀ ਠੀਕ ਹੈ। ਅੱਛਾ ਹੋਰ ਵੀ ਜਾਂਦੇ ਨੇ, ਅੱਛਾ ਅੱਛਾ ਸਵੇਰ ਦਾ ਕੋਈ ਨਹੀਂ ਸੀਗਾ ਜਾਂ ਠਹਿਰ ਕੇ ਜਾਂਦੇ ਹੁਣ ਉਹ ਤੋਂ ਬਾਅਦ ਸਵੇਰੇ ਸਵੇਰੇ ਤਾਂ ਵਧੀਆ ਲੱਗਦਾ। ਹੁਣ ਮੋਟਰ ਤੱਕ ਗੇੜਾ ਕੱਢ ਕੇ ਆਇਆ ਖੇਤਾਂ ਤੱਕ, ਸਤਿ ਸ਼੍ਰੀ ਅਕਾਲ ਤਾਇਆ ਜੀ। ਕੀ ਹਾਲ ਹੈ ਗਾਲੇ ਉਸ ਲੰਮੇ ਪੈਂਡੇ ਦੀ ਤਰ੍ਹਾਂ ਕਹਿੰਦਾ ਜਦੋਂ ਅਸੀਂ ਬਾਣੀ ਪੜ੍ਹ ਕੇ ਇੱਕ ਯਾਤਰੀ ਕਹਿੰਦਾ ਉਹ ਲੰਮਾ ਪੈਂਡਾ ਤੈਅ ਕਰਕੇ ਕਹਿੰਦਾ ਆਪਣੀ ਮੰਜ਼ਿਲ ਪਾ ਲੈਂਦਾ ਹੈ, ਤੇ ਫਿਰ ਮਹਾਰਾਜ ਕਹਿੰਦੇ ਸੀ ਪਾਤਸ਼ਾਹ ਕਿ ਅਸੀਂ ਇਸ ਜੀਵਨ ਨੂੰ ਸੁਚੱਜਾ ਕਰਨ ਵਾਸਤੇ ਉਸ ਬਾਣੀ ਨੂੰ ਪੜ੍ਹ ਕੇ ਅਸੀਂ ਉਸ ਦੇ ਉੱਤੇ ਫਿਰ ਕੀ ਹੈ ਜਿਹੜੀ ਸਾਡੇ ਸਿਰ ਦੇ ਉੱਪਰ ਮੌਤ ਦਾ ਭੈ ਖੜਾ, ਕਿਉਂਕਿ ਮੌਤ ਇੱਕ ਤਾਂ ਸਭ ਨੂੰ ਆਉਣੀ ਮਹਾਰਾਜ ਕਹਿੰਦੇ ਕਿਸੇ ਨੂੰ ਅੱਜ ਆ ਕੇ ਕਿਸੇ ਨੂੰ ਕੱਲ੍ਹ ਆ ਗਈ ਆ ਜਾਣੀ ਹੈ,
ਪਰ ਕੀ ਆ ਸਿਰ ਦੇ ਉੱਪਰ ਨਾ ਇੱਕ ਮਾਂ ਦਾ ਭੈ ਬਣਿਆ ਹੋਇਆ ਤੇ ਮੰਜ ਕਹਿੰਦੇ ਫਿਰ ਉਸ ਉੱਤੇ ਕੀ ਉਸ ਨੂੰ ਦੂਰ ਕਰਨ ਵਾਸਤੇ ਕੀ ਕਰਨਾ ਪਏਗਾ ਜਿਹੜੀ ਗੁਰੂ ਦੀ ਬਾਣੀ ਤੇ ਲੜ ਲੱਗੇ ਨੇ ਤੇ ਜਿਹੜੇ ਗੁਰੂ ਦੀ ਬਦਲੀ ਕਰਨ ਵਾਲੇ ਨੇ ਸਿਮਰਨ ਕਰਨ ਵਾਲੇ ਨੇ ਫਿਰ ਦਾਤਾ ਕਹਿੰਦੇ ਉਹ ਜਦੋਂ ਬਾਣੀ ਤੇ ਲੜ ਲੱਗੇ ਤੇ ਫਿਰ ਜਿਹੜੇ ਉਸ ਮੁਸਾਫਰ ਨੂੰ ਲੰਮਾ ਪੈਂਦਾ ਜੱਕ ਹੋਣਾ ਰਹਿਣ ਦੇ ਹੋ ਗਿਆ ਕਿੰਨੇ ਵਜੇ ਤਾਈ ਦਾ ਤੇਰੀ ਬਾਹਰ ਨੂੰ ਨਿਕਲੀ ਫਿਰਦੀ ਹੈ ਮਗਰੋਂ ਕਾਲਰਾਂ ਤੋਂ ਲੈ ਕਰਾਂ ਸੈੱਟ ਹੁਣ ਠੀਕ ਹੈ ਹਾਂ ਉਹਦੇ ਲਈ ਚੱਕ ਕੇ ਲੈ ਪਾਈਏ ਚ ਬੇਟੋ ਕਿੰਨੇ ਵਜੇ ਆਏਗਾ ਫਿਰ ਸਕੂਲ ਜਾ ਕੇ ਅੱਛਾ ਹੋਮਵਰਕ ਪੂਰਾ ਹਾਂ ਆ ਜਾ ਪਾ ਲੈਂਦੇ ਲੰਮਾ ਆਪੇ ਪਾ ਲੈਣਾ ਫੜੀ ਇੱਕ ਮਿੰਟ ਹਾਂ ਫੜੀ ਤੂੰ ਛੱਡ ਦੇ ਲਿਖਾਵਾਂ ਚੱਕ ਕੇ ਠੀਕ ਹੈ ਖੁਸ਼ ਕਹਿੰਦਾ ਚੱਕ ਕੇ ਦਿਖਾਓ ਇਹਨੇ ਸਾਰੇ ਬਸ ਆ ਗਈ ਕਿੱਥੇ ਨੇ ਮਸਮੀਆ ਕਰ ਲਈ ਐਕਸਰਸਾਈਜ਼ ਹੁਣ ਪਹਿਲਾਂ ਆਪਾਂ ਖੁਰਾਕ ਜਿਹੜੀ ਲੈਣੀ ਆ ਜੂਸ ਪੀਣਾ ਬਿਸ ਇਹ ਮੈਨੂੰ ਉੱਥੇ ਇੱਥੇ ਪਤਾ ਕੀ ਯਾਦ ਆ ਗਿਆ ਤੁਰਤੁਕ ਯਾਦ ਆ ਗਿਆ ਵੀ ਉੱਥੇ ਸਾਰੀਆਂ ਚੀਜ਼ਾਂ ਦੇ ਨਾਲ ਦੀ ਨਾਲ ਤੋੜ ਕੇ ਬਣਾ ਕੇ ਦੇ ਦਿੰਦੇ ਹੁੰਦੇ ਸੀਗੇ ਵਾਲਾ ਸਿਸਟਮ ਆ ਗਿਆ ਹਾਂ ਬਸ ਤੁਸੀਂ ਫਰੈਸ਼ ਆਪਣਾ ਤੋੜੋ ਸੰਤਰੇ ਤੋੜੇ ਪਏ ਸੀਗੇ ਉੱਥੇ ਸੇਬ ਮਿਲਦੇ ਸੀ ਐਵੇਂ ਤੋੜ ਕੇ ਉਹਦੇ ਸੰਤਰੇ ਲੱਗੇ ਹੋਏ ਚੱਲ ਠੀਕ ਹੈ ਸੰਤਰੇ ਤੋੜੇ ਪਏ ਨੇ ਮਸਮੀਆ ਸੌਰੀ ਆ ਦੇਖੋ ਕਿੰਨੀ ਵਧੀਆ ਵਧੀਆ ਹਲ ਤਾਂ ਇੱਕੋ ਹੀ ਆ ਉੱਪਰ ਹਾਈਟ ਤੇ ਨੇ ਮੈਂ ਤੋੜਦਾ ਛੱਡੋ ਆ ਜਾਓ ਇੱਧਰ ਆ ਜਾਓ ਮੈਂ ਤੋੜ ਦਿੰਦਾ ਤੁਸੀਂ ਕੈਮਰਾ ਫੜ ਲਓ ਫੈਲ ਵੀ ਬਹੁਤ ਗਈ ਹੈ ਪੰਜ ਛੇ ਤੋੜ ਲੋ ਚਾਰ ਹੋ ਗਈਆਂ ਦੋ ਹੋਰ ਤੋੜ ਲੋ ਚੱਲ ਮੈਨੂੰ ਆਵਾਜ਼ ਮਾਰ ਲਿਓ ਫਿਰ ਜਦ ਬਣ ਗਿਆ ਜੂਸ ਇੰਨੇ ਮੈਂ ਆਪਣਾ ਕੰਮ ਕਰ ਲਾ ਬੇਬੇ ਵੀ ਲੱਗ ਗਈ ਸਵੇਰੇ ਸਵੇਰੇ ਕੰਮ ਕਰਨ ਧਨੀਆ ਲਾਉਣ ਲੈ ਉਹ ਮੈਨੂੰ ਆਵਾਜ਼ ਮਾਰ ਲਿਓ ਜਾਂ ਰੈਡੀ ਹੋ ਗਿਆ ਠੀਕ ਹੈ
ਐਡਿਟ ਕਰ ਰਿਹਾ ਸੀ ਇਹਨਾਂ ਨੂੰ ਆ ਗਿਆ ਜੂਸ ਵੀ ਆਉਣਾ ਪੀ ਕੇ ਦੇਖੋ ਕਿੰਨਾ ਟੇਸਟੀ ਬਣਿਆ ਆਹਾਂ ਵਧੀਆ ਬਣਿਆ ਸੇਬ ਵੀ ਪਾਇਆ ਹਾਂ ਹੈ ਨਾ ਪ੍ਰੋਪਰ ਰੇੜੀ ਵਾਲਾ ਉਹ ਦੁਕਾਨ ਵਾਲਾ ਜੂਸ ਹੈ ਨਾ ਪ੍ਰੋਪਰ ਹਾਂ ਹਾਂ ਵੀ ਅੱਜ ਵਧੀਆ ਬਣਿਆ ਕੀ ਸੰਤਰੇ ਪਾਏ ਨੇ ਵਿੱਚ ਐਨ ਗਾੜਾ ਪੂਰਾ ਐਨ ਗਾੜਾ ਚਲ ਥੈਂਕ ਯੂ ਹੁਣ ਮੈਂ ਨਿਬੇੜ ਲਾਂ ਨਹੀਂ ਅੱਜ ਫਿਰ ਬਹੁਤ ਲੇਟ ਹੋ ਜਾਣਾ ਮੈਂ ਓਕੇ।